ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹਿਤਾ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛੱਡੈ ਖੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛੱਡੈ ਖੇਤ ਜੁਗੋ ਜੁਗਿਆ ਟਲ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਜਿਤਨੇ ਵੀ ਸਰੀਰ ਹਾਂ ਵਡਭਾਗੇ ਹਾਂ ਕਿ ਸਤਿਗੁਰਾਂ ਦੀ ਅਪਾਰ ਅਹਿਮਤ ਸਦਕਾ ਸ਼ਾਮਾਂ ਦੇ ਵੇਲੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਬਖਸ਼ਿਸ਼ ਹੋਇਆ। ਕਈ ਵਾਰ ਸਾਡੇ ਮਨ 'ਚ ਵਿਚਾਰ ਆਉਂਦਾ ਹੋਏਗਾ ਕਿ ਜਦੋਂ ਵੀ ਕਥਾ ਸ਼ੁਰੂ ਕੀਤੀ ਜਾਂਦੀ ਇਹ ਲਫ਼ਜ਼ ਜ਼ਰੂਰ ਕਿਹਾ ਜਾਂਦਾ ਕਿ ਸੁਭਾਗ। ਸੁਭਾਗ ਦਾ ਮਤਲਬ ਕਿ ਜਿਹੜਾ ਬੰਦੇ ਦਾ ਮਨ ਹੈ ਨਾ ਬੜਾ ਚੰਚਲ ਹੈ, ਕਿਸੇ ਵੇਲੇ ਮਨ ਇਹ ਕਹਿੰਦਾ ਸਵੇਰੇ ਗੁਰਦੁਆਰੇ ਗਏ ਹੁਣ ਜਾਣ ਦਾ ਕੀ ਫਾਇਦਾ, ਜਾਂ ਸਵੇਰੇ ਗਿਆ ਠੀਕ ਹੈ ਕਿ ਹੁਣ ਜਾਣ ਨੂੰ ਰਹਿ ਦਿੰਦੇ, ਭਾਵ ਕਿ ਇਹ ਸਤਿਗੁਰਾਂ ਦੀ ਅਪਾਰ ਦੀ ਕਿਰਪਾ ਰਹਿਮਤ ਸਦਕਾ ਹੀ ਦੋ ਵੇਲੇ ਦੀ ਸੰਗਤ ਪ੍ਰਾਪਤ ਹੁੰਦੀ ਹੈ। ਮਨ ਬੜਾ ਚੰਚਲ ਹੈ ਅਤੇ ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਹੀ ਸਾਨੂੰ ਸੁਭਾਗ ਸਮਾਂ ਇਹ ਮਿਲਿਆ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦਾ। ਸੋ ਆਓ ਅੱਜ ਦਾ ਜੋ ਪਾਵਨ ਇਤਿਹਾਸਕ ਦਿਹਾੜਾ, ਕੱਲ੍ਹ ਹੀ ਵਿਚਾਰ ਕੀਤੀ ਸੀ ਕਿ ਅੱਜ ਦੇ ਦਿਨ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਜਿਨ੍ਹਾਂ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਸੀ, ਅੱਜ ਦੇ ਦਿਨ ਜਿਹੜੇ ਸ਼ਹੀਦ ਹੋਏ ਸੀ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਸੀ, ਆਓ ਉਸ ਇਤਿਹਾਸਕ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ੀ ਪਾਵਨ ਫਤਿਹ ਦੇ ਨਾਲ ਪਾਈਏ ਸਾਂਝ। ਦੋਨੋਂ ਹੱਥ ਜੋੜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਕਿ ਕੱਲ੍ਹ ਦਾ ਜੋ ਦਿਹਾੜਾ ਬੰਦੀ ਛੋੜ ਦਿਵਸ ਲੰਘ ਕੇ ਗਿਆ ਹੈ ਕਿ ਅੱਜ ਬੜਾ ਵੱਡਾ ਇਤਿਹਾਸਕ ਦਿਹਾੜਾ ਹੈ ਕਿ ਜਦੋਂ ਇਹ ਸਿੱਖ ਕੌਮ ਸ਼ੁਰੂ ਹੋਈ ਹੈ, ਸਿੱਖੀ ਦਾ ਬੀਜ ਪੈਦਾ ਹੋਇਆ ਹੈ ਨਾ, ਉਸ ਵੇਲੇ ਤੋਂ ਇਹ ਵਿਪਰਵਾਦ ਨੇ ਇਹਨੂੰ ਖਤਮ ਕਰਨ ਦੀਆਂ ਕੁਝ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ, ਜਿਸ ਵੇਲੇ ਉਹਨੇ ਜੰਜੂ ਨੂੰ ਪਾਉਣ ਤੋਂ ਪਾਤਸ਼ਾਹ ਨੇ ਨਾ ਕਰ ਦਿੱਤੀ, ਉਸ ਵੇਲੇ ਤੋਂ ਇਸ ਵਿਪਰਵਾਦ ਨੇ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਿੱਖ ਕੌਮ ਸਾਡੇ ਪ੍ਰਭਾਵ ਥੱਲੇ ਆਵੇ ਅਤੇ ਸਾਡਾ ਵਿਹੜਾ ਵੱਡਾ ਹੋ ਜਾਵੇ ਅਤੇ ਇਹਨਾਂ ਦੇ ਕੌਮ ਦਾ ਬੀਜ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾਸ਼ ਹੋ ਜਾਵੇ। ਆਹ ਸਭ ਨੂੰ ਪਤਾ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇੰਦਰਾ ਦੇ ਵੱਲੋਂ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ, ਉਹਨਾਂ 'ਤੇ ਬਰੂਦ ਸੁੱਟੇ ਗਏ, ਬੰਬ ਗੋਲੇ ਸੁੱਟੇ ਗਏ ਅਤੇ ਜਦੋਂ ਅਕਾਲ ਤਖਤ ਸਾਹਿਬ, ਚਲੋ ਹੁਣ ਤਾਂ ਨਹੀਂ ਉਹ ਨਿਸ਼ਾਨੀ ਰਹੀ,
ਪਰ ਜਦੋਂ ਉਹ ਫੋਟੋ ਦੇਖਦੇ ਹਨ ਜਾਂ ਮੋਬਾਈਲ ਵਿੱਚ ਦੇਖਦੇ ਜਾਂ ਉਹ ਅਕਾਲ ਤਖ਼ਤ ਸਾਹਿਬ ਢੱਠੇ ਹੋਏ ਦੀ ਤਸਵੀਰ ਦੇਖਦੇ ਹਨ ਤਾਂ ਉਹਨੂੰ ਦੇਖਦੇ ਸਾਰ ਸਾਡੀ ਜ਼ਮੀਰ ਜਾਗ ਪੈਣੀ ਚਾਹੀਦੀ ਹੈ। ਜੇਕਰ ਉਹਨੂੰ ਦੇਖਿਆ ਸਾਡੀ ਜ਼ਮੀਰ ਨਹੀਂ ਜੇ ਜਾਗਦੀ, ਮਾਫ਼ ਕਰਨਾ ਸੀ ਸਿੱਖ ਨਹੀਂ ਫਿਰ ਕਿ ਫੋਟੋ ਦੇਖਦਿਆਂ ਸਾਡੇ ਅੰਦਰਲੀ ਜਿਹੜੀ ਆਤਮਾ ਜਾਗ ਪੈਣੀ ਚਾਹੀਦੀ, ਸਿੱਖਾ ਜਾਗ ਕੀ ਹੋ ਰਿਹਾ ਜੀ ਸਿੱਖ ਕੌਮ ਦੇ ਵਿੱਚ, ਕਿ ਜਦੋਂ ਉਸ ਵੇਲੇ ਛੋਟਾ ਵਾਕਿਆ ਝਾਤ ਪੰਛੀ ਲੈ ਕੇ ਫਿਰ ਭਾਈ ਸਤਵੰਤ ਅਤੇ ਬੇਅੰਤ ਦੇ ਜੀਵਨ ਦੇ ਬਾਰੇ ਵਿਚਾਰ ਕਿ ਹੁਣ ਇਹੋ ਜਿਹਾ ਮਾਹੌਲ ਬਣਿਆ। ਅੱਜ ਇੱਕ ਧੀ ਇੱਕ ਮਾਂ ਘਰ ਤੋਂ ਚੱਲੀ ਆਪਣੇ ਘਰ ਵਾਲੇ ਨੂੰ ਨਾਲ ਲਿਆ ਅਤੇ ਕੁਛੜ ਆਪਣੇ ਪੁੱਤਰ ਨੂੰ ਚੱਕਿਆ ਅਤੇ ਘਰ ਤੋਂ ਜਾਣ ਲੱਗੀ। ਉਹਦਾ ਸਹੁਰਾ ਕਹਿਣ ਲੱਗਾ, ਧੀਏ ਕਿੱਧਰ ਨੂੰ ਚੱਲੀ ਹੈ? ਕਹਿਣ ਲੱਗੀ, ਬਾਪੂ ਕਿ ਬੜੇ ਦੇਰ ਤੋਂ ਮੇਰਾ ਮਨ ਕਰਦਾ ਸੀ ਦਰਬਾਰ ਸਾਹਿਬ ਜਾਵਾਂ, ਇਸ਼ਨਾਨ ਕਰਾਂ, ਸੇਵਾ ਕਰਾਂ, ਕਿੰਨੇ ਸਮੇਂ ਤੋਂ ਮੇਰਾ ਟਾਈਮ ਨਹੀਂ ਜੇ ਲੱਗਿਆ ਕਿ ਅੱਜ ਮੇਰਾ ਸਮਾਂ ਲੱਗਿਆ ਕਿ ਮੇਰਾ ਅੱਜ ਮਨ ਬੜਾ ਕਾਹਲਾ ਪਿਆ ਕਿ ਦਰਬਾਰ ਸਾਹਿਬ ਜਾਵਾਂ, ਜਾ ਕੇ ਇਸ਼ਨਾਨ ਕਰਾਂ, ਸੇਵਾ ਕਰਾਂ, ਬਾਣੀ ਪੜ੍ਹਾਂ ਜਾ ਕੇ। ਅਤੇ ਉਹਦੇ ਸਹੁਰੇ ਨੇ, ਬਾਪੂ ਨੇ ਬੜਾ ਇਨਕਾਰ ਕੀਤਾ ਕਿ ਧੀਏ ਕਿ ਅੱਜ ਕੱਲ੍ਹ ਜਿਹੜਾ ਮਾਹੌਲ ਹੈ ਬੜਾ ਖਰਾਬ ਹੈ, ਤੂੰ ਫਿਰ ਕਿਤੇ ਸਮਾਂ ਕੱਢ ਕੇ ਚਲੇ ਜਾਏ, ਪਰ ਜੇਕਰ ਹੁਣ ਤੂੰ ਨਾ ਜਾਏ ਤਾਂ ਚੰਗਾ ਹੈ, ਪਰ ਜਿਸ ਤਰ੍ਹਾਂ ਰੱਬ ਦੀ ਮਰਜ਼ੀ ਹੈ ਉਹਨਾਂ ਤਾਂ ਉਸੇ ਤਰ੍ਹਾਂ ਹੈ ਨਾ। ਗੁਰਬਾਣੀ ਵੀ ਕਹਿ ਰਹੀ ਕਿ ਮਤਾ ਕਰੈ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ। ਬੰਦਾ ਤਾਂ ਬੜੇ ਯਤਨ ਕਰਦਾ ਪਰ ਹੁੰਦਾ ਉਹੀ ਜੋ ਰੱਬ ਨੂੰ ਮਨਜ਼ੂਰ, ਕਿ ਆਪਣੇ ਘਰ ਵਾਲੇ ਨੂੰ ਨਾਲ ਲਿਆ, ਪੁੱਤਰ ਨੂੰ ਕੁਛੜ ਚੱਕਿਆ ਅਤੇ ਤੁਰਦੇ ਤੁਰਦੇ ਦਰਬਾਰ ਸਾਹਿਬ ਪਹੁੰਚ ਗਈ। ਉਸ ਵੇਲੇ ਜਦੋਂ ਇਹ ਗੋਲੀਆਂ ਦੀ ਵਿਛਾੜ ਹੋਈ ਸੀ, ਪਹਿਰੇ ਸਾਰੇ ਪਾਸੇ ਲੱਗੇ ਸੀ ਅਤੇ ਉਹ ਕੁਛੜ ਚੁੱਕੀ ਹੋਈ ਮਾਂ ਅਤੇ ਨਾਲ ਆਪਣੇ ਘਰ ਵਾਲੇ ਨੂੰ ਲੈ ਕੇ ਜਦ ਪਰਕਰਮ ਵਿੱਚ ਦੀ ਜਾ ਰਹੀ ਦਰਬਾਰ ਸਾਹਿਬ ਵੱਲ ਨੂੰ ਨਾ, ਕਿ ਜਾਂਦਿਆਂ ਜਾਂਦਿਆਂ ਕੀ ਹੋਇਆ ਕਿ ਦਰਬਾਰ ਸਾਹਿਬ ਦੇ ਮਨ ਦੇ ਅੰਦਰ ਦਰਸ਼ਨ ਕਰਨ ਦੀ ਬੜੀ ਚਾਹਨਾ ਹੈ ਦੋਨਾਂ ਦੇ ਅੰਦਰ, ਬੱਚਾ ਛੋਟਾ ਹੈ ਹਲੇ, ਘਰ ਵਾਲੇ ਅਤੇ ਉਹਦੇ ਘਰ ਵਾਲੀ ਦੋਨਾਂ ਦੇ ਅੰਦਰ ਬੜੀ ਚਾਹਨਾ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ। ਪਰ ਜੇ ਹੋਈ ਪਰਕਰਮਾਂ ਵਿੱਚ ਦਾਖਲ ਹੋਏ ਨੇ ਨਾ, ਕਿ ਸਾਹਮਣੇ ਤੋਂ ਗੋਲੀ ਆਈ ਉਹਦੇ ਘਰ ਵਾਲੇ ਦੇ ਹਿੱਕ ਵਿੱਚ ਲੱਗੀ, ਵੱਜਦੇ ਸਾਰ ਉਹਦਾ ਘਰ ਵਾਲਾ ਥੱਲੇ ਡਿੱਗ ਗਿਆ ਅਤੇ ਡਿੱਗਦੇ ਸਾਰ ਤੜਫਣਾ ਸ਼ੁਰੂ ਹੋ ਗਿਆ। ਅਤੇ ਹੁਣ ਕੀ ਹੋਇਆ, ਦਰਬਾਰ ਸਾਹਿਬ ਮੱਥਾ ਨਹੀਂ ਤਾਂ ਹਲੇ ਟੇਕਿਆ ਅਤੇ ਜਦ ਉਹਦੇ ਗੋਲੀ ਲੱਗੀ ਉਹਦਾ ਘਰ ਵਾਲਾ ਤੜਫਣ ਲੱਗਾ। ਅਤੇ ਹੁਣ ਕੀ ਹੋਇਆ, ਹੁਣ ਇਹ ਮਨ 'ਚ ਸੋਚਦੀ ਹੈ ਕਿ ਜੇਕਰ ਮੈਂ ਵੀ ਇੱਥੇ ਖੜ੍ਹਾਂ ਅਤੇ ਮੇਰੇ ਵੀ ਗੋਲੀ ਲੱਗ ਜਾਏਗੀ, ਹੋ ਸਕਦਾ ਮੇਰੇ ਪੁੱਤਰ 'ਤੇ ਗੋਲੀ ਲੱਗ ਜਾਏ, ਤੂੰ ਜਾਣਾ ਚੰਗਾ। ਅਤੇ ਹੁਣ ਚੰਦ ਕਦਮ ਅੱਗੇ ਨੂੰ ਜਾਂਦੀ, ਚੰਦ ਕਦਮ ਪਿੱਛੇ ਨੂੰ ਆਉਂਦੀ ਕਿ ਮੈਂ ਘਰ ਵਾਲੇ ਨੂੰ ਛੱਡ ਕੇ ਸਿਰ ਦੇ ਸਾਈ ਨੂੰ ਛੱਡ ਕੇ ਕਿਸ ਤਰ੍ਹਾਂ ਜਾਵਾਂ। ਜੇਕਰ ਪਿੱਛੇ ਨੂੰ ਜਾਂਦੀ ਹੈ ਤਾਂ ਮੇਰੇ ਪੁੱਤਰ ਦਾ ਡਰ, ਜੇ ਗਾਂਹ ਨੂੰ ਜਾਂਦੀ ਤਾਂ ਮੇਰੇ ਪਤੀ ਦਾ ਡਰ। ਅਤੇ ਹੁਣ ਮਨ ਵਿੱਚ ਧਰਵਾਸ ਲੈ ਕੇ ਧੀਰਜ ਧਾਰਨ ਕਰਕੇ ਨਾ, ਅਤੇ ਸਿਰ ਤੇਰੇ ਚੁੰਨੀ ਦੇ ਨਾਲ ਉਹ ਅੱਧਾ ਪੱਲਾ ਪਾੜ ਕੇ ਆਪਣੇ ਘਰ ਵਾਲੇ ਦੇ ਮੂੰਹ 'ਤੇ ਦਿੱਤਾ ਹੈ ਅਤੇ ਆਪ ਚੰਦ ਕਦਮ ਅੱਗੇ ਨੂੰ ਹੁਣ ਦਰਵਾਜ਼ੇ ਵੱਲ ਨੂੰ ਹੋ ਤੁਰੀ ਹੈ। ਅਤੇ ਮਨ ਹੀ ਮਨ ਅਰਦਾਸ ਕਰਿਆ ਗੁਰੂ ਰਾਮਦਾਸ ਪਾਤਸ਼ਾਹ ਕਿ ਮਨ 'ਚ ਇਹ ਧਾਰਨ ਕਰਕੇ ਆਏ ਸੀ ਕਿ ਤੇਰੇ ਦਰ 'ਤੇ ਸੇਵਾ ਕਰਨ ਆਏ ਸਾਂ, ਪਰ ਆਹ ਕੀ ਭਾਣਾ ਜੇ ਵਰਤ ਗਿਆ, ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਏ ਸੀ, ਪੁੱਤਰ ਨੂੰ ਨਾਲ ਮੈਂ ਲੈ ਕੇ ਆਏ ਸੀ ਅਤੇ ਹੁਣ ਘਰ ਵਾਲੇ ਨੂੰ ਉੱਥੇ ਛੱਡ ਕੇ ਜਾ ਰਹੀ ਤੇਰੇ ਭਰੋਸੇ 'ਤੇ, ਅਤੇ ਨਾਲ ਮੈਂ ਇਕੱਲੇ ਪੁੱਤਰ ਨੂੰ ਲੈ ਕੇ ਜਾ ਰਹੀ ਪਾਤਸ਼ਾਹ। ਚੰਦ ਕਦਮ ਹੁਣ ਪਰਕਰਮਾ ਤੋਂ ਦਰਵਾਜ਼ੇ ਵੱਲ ਨੂੰ ਜਾ ਰਹੀ ਹੈ, ਕੁਛੜ ਪੁੱਤਰ ਚੱਕਿਆ, ਥੋੜ੍ਹੇ ਚਾਰ ਪੰਜ ਕਦਮ ਅੱਗੇ ਨੂੰ ਹੋਈ ਹੈ ਅਤੇ ਇੱਕ ਹੋਰ ਗੋਲੀ ਆਈ ਹੈ ਅਤੇ ਉਹ ਉਸਦੇ ਪੁੱਤਰ ਦੇ ਲੱਗੀ ਹੈ। ਲੱਗਦੇ ਸਾਰ ਉਹਦਾ ਪੁੱਤਰ ਬੱਚਾ ਸੀ ਨਾ, ਬੱਚਾ ਨਹੀਂ ਜੇ ਦਰਦ ਸਹਾਰ ਸਕਦਾ, ਅਤੇ ਗੋਲੀ ਲੱਗਦੇ ਸਾਰ ਉਹਦਾ ਪੁੱਤਰ ਵੀ ਚੜ੍ਹਾਈ ਕਰ ਗਿਆ ਅਤੇ ਉੱਥੇ ਜਿੱਥੇ ਉਹਦਾ ਘਰ ਵਾਲਾ ਡਿੱਗਿਆ ਸੀ ਨਾ, ਉਹਦੇ ਕੋਲ ਲੱਗ ਗਏ, ਆਪਣੇ ਪਤੀ ਦੇ ਲੱਗ ਗਏ, ਆਪਣੇ ਪੁੱਤਰ ਦੀ ਲਾਸ਼ ਨੂੰ ਉਹਦੀ ਦੇਹ ਨੂੰ ਰੱਖ ਦਿੱਤਾ। ਹੁਣ ਅੱਖਾਂ ਵਿੱਚ ਹੰਝੂ ਨਹੀਂ ਹੈ, ਮਨ ਵਿੱਚ ਦਰਦ ਨਹੀਂ ਹੈ, ਹੁਣ ਅੰਦਰਲਾ ਦਰਦ ਪੈਦਾ ਹੋਇਆ ਅਤੇ ਹੁਣ ਇੱਕ ਮਿੱਠਾ ਜਿਹਾ ਲਾਮਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇ ਰਹੀ ਹੈ। ਕਿਹਾ ਗੁਰੂ ਰਾਮਦਾਸ ਪਾਤਸ਼ਾਹ ਕਿ ਕਿੱਡੀ ਮੈਂ ਮੰਦ ਭਾਗੀ ਹਾਂ, ਕਿੱਡੀ ਮੈਂ ਨਿਭਾਗੀ ਹਾਂ, ਕਿੱਡੇ ਮੇਰੇ ਮਾੜੇ ਕਰਮ ਨੇ ਕਿ ਜਿਹੜੀਆਂ ਗੋਲੀਆਂ ਇਹਨਾਂ ਦੇ ਵੱਜੀਆਂ ਮੈਂ ਕਿਉਂ ਨਾ ਰਹਿ ਗਈ, ਮੇਰੇ ਕਿਉਂ ਨਾ ਗੋਲੀ ਵੱਜੀ, ਮੈਂ ਕਿੱਡੀ ਮੰਦ ਭਾਗੀ ਹਾਂ, ਜੇਕਰ ਮੇਰੇ ਗੋਲੀ ਵੱਜਦੀ ਤਾਂ ਮੇਰੀ ਵੀ ਲਾਸ਼ ਇਹਨਾਂ ਦੇ ਨਾਲ ਪਈ ਹੁੰਦੀ, ਮੇਰੇ ਕਿੱਡੇ ਮਾੜੇ ਕਰਮ ਨੇ।
तो इन्नी गल कह दी देर जब मन ही मन अरदास की है ना तो हले उन्होंने सिरों के वल पैर भारन बैठी पिछों एक गोली आई गोली लगते सार वो माँ उहदे घरवाली चढ़ाई कर पा के तिने जी आए सी आउंदे सार गोलियां दी बछार ने ढेरी करके रख दिते तिने उत्थे अपने सवासां नूं शरीर नूं छड्ड गए। वो जिहड़ी घरों आए सी माँ वो उहदे कुछड़ चुकिया होया पुत्तर ते नाल आया होया पति आखर दिल्ली वल नूं हुण चलीए। एक पंछी झात के जो उस वेले होया सी किस तरह टैंकां ने उत्थे दी थां पट्टिया किस तरह गोलियां ने अकाल तख्त साहिब नूं ढा ढेरी कीता है ये फिर कितने समा मिलिया विचार करांगे कि हुण उस वेले हमला हो गया गोलियां चल पईआं बड़े शहीद होए बड़ियां मौतां होईआं ते हुण इधर दिल्ली दे विच सतवंत सिंह भाई सतवंत सिंह ऊंचा लम्मा गभरू नौजवान मुछपुट गभरू गोरा रंग है बड़ा तकड़ा शरीर है। ये 1981 दे विच ना इंदिरा गांधी का सिक्योरिटी गार्ड बनया है पा कि 1981 भर्ती होया भर्ती होने तो बाद जिहड़ी ड्यूटी मिली है इंदिरा गांधी का ये सिक्योरिटी गार्ड सी ते इहदे पिता दा नाम सी तरलोक सिंह ते माता दा नाम सी प्यार कौर। ये सतवंत सिंह हमेशा इंदिरा गांधी के नाल सिक्योरिटी गार्ड की जिहड़ी अपनी ड्यूटी करता सी ते दूजे पासे भाई बेअंत सिंह मलोआ पिंड दे रहण वाला ते इहदे पिता दा नाम सी सुच्चा सिंह ते इहदी जात सी कास्ट सी जुलाहा ते माफ़ करने जात पात की गल करन दा मतलब कि सानू दी पूरी जानकारी होवे ते इहदा एक फुफड़ सी केर सिंह मुस्तफाबाद दा रहण वाला फुफड़ मुस्तफाबाद दा रहण वाला ये बेअंत सिंह मलोआ पिंड दा ते उह दिल्ली दे लागे एक छोटे पिंड दे रहण वाला सतवंत सिंह ते हुण जद जिहड़ा बेअंत सिंह है ना जिस कमांड दे विच उह सिक्योरिटी गार्ड है सतवंत सिंह ये बेअंत सिंह उस कमांड दा इंस्पैक्टर है उच्चे अहुदे ते है ते जिहड़ा बेअंत सिंह उच्चे अहुदे ते सतवंत सिंह एक सिपाही है एक सिक्योरिटी गार्ड है। ते एक दिन जिहड़ा बेअंत सिंह क्योंकि कई बार विच भुलेखा पै जाए दोनों नाम काफ़ी हद तक रलदे मिलदे ने सतवंत ते बेअंत ते जिहड़ा बेअंत सिंह इंस्पैक्टर ते वो एक दिन अपने फुफड़ केहर सिंह नूं मुस्तफाबाद मिलने गया ते मिलते मिलते ये विचारां शुरू हो गई कि एक फुफड़ जी कि जो भी आ दरबार साहब होया जिना कि बड़ा जे माड़ा होया कि जो भी होया जिन्हें भी किया बड़ा माड़ा होया पर कि जिस तरह पहला सुखा सिंह ते महताब सिंह उठे से कि हुण नहीं जे उठ सकता हुण कोई सुखा सिंह महताब सिंह नहीं जे उठ सकता। फुफड़ कहिंदा ए मेरे पुत यह बेअंत सिंह जिहड़े शहीद हुंदे ने ना वो मर के भी कदे नहीं जे मरदे क्यों शहीद की जो मौत है वो कौम की हयात है हयात ही हयात है वो कौम की हयात है हयात भाव जिंदगी शहीदां दी कुरबानी कौमां दे वास्ते जिंदगी ने चानण मुनारा ने क्या बेअंत सिंह कि तू उन्हां वाला सुखा सिंह वाला महताब सिंह वाला काम जे सेवा तू नहीं जे कर सकता बड़े विचारां दे नाल उहदे अंदर जज्बातां नूं भरिया है ते बेअंत सिंह दी जमीर जाग पई जां फुफड़ ने बड़े विचारां दे नाल कहा पुत ये सेवा तू नहीं कमा सकता तू ये काम नहीं जे कर सकता क्यों ना उन्हूं आपां सबक सिखाईए जिन्हें साडे काल तख्त नूं ढह ढेरी कीता है। फुफड़ केर सिंह ने सरदार भाई बेअंत सिंह दे अंदर जज्बात भरे अंदर स्पिरिट भरी दर्द भरे आ जमीर जाग गई ते हुण मन ही मन विचार करन लगा कि मना कि भाई सुखा सिंह दे नाल सी महताब सिंह मेरे नाल भी कोई साथी चाहिए वह साथी चाहिए जिहड़ा मेरे नाल रहा ते तुरे मैनूं विच विच काले छड्ड के ना जावे धोखा ना दवे इहो जिहा मैनूं हुण सज्जण मेरा मित्र
मेरे नाल जाण वाला मेरे नाल निभाउण वाला लभना पैणा। हुण विचारां करदे आ फिर दिल्ली पहुँचा अपनी ड्यूटी नूं सांभिया कमान नूं सांभिया ते सामदे सार इहदीआं अखां दे सामणे वो भाई सतवंत सिंह नवें भर्ती होया हले उच्चा लंबा गभरू है हले इसका विआह नहीं जो होया तो मन च सोचण लगा जो अगे आया ना हाजरी लगाउण दे लई भाई सतवंत सिंह तो कहण लगा नौजवान ऐ जवाना कि ऐतकी दी दिवाली जिहड़ी तू कित्थे मनाउणी अमृतसर जाके मनाएगा घरे मनाएगा कि दिल्ली मनाएगा। क्या नौजवान कि ऐतकी दी दिवाली तू कित्थे मनाएगा। कहण लगा इंस्पैक्टर साहब किहो जिहियां गल्लां करदे जो कि ऐतकी पंथ ने ये मता पास किया जा कौम यह हुक्म बख्शिया कि ऐतकी सारी संगत सिख कौम काली दिवाली मनाएगी चाहे इतने मना लीए चाहे दरबार से मना ली दिवाली तो ऐतकी काली है साड़ी क्यों क्योंकि साढ़े काल तख्त साहब ढह ढेरी किया जब आ गल कही है ना उस सतवंत सिंह ने कि साढ़े काल तख्त साहब ढह ढेरी कर दिता से काली दिवाली मनानी है रोस के वजो तो ये गल सुन के बेअंत सिंह स्पैक्टर बड़ा खुश हो मन ही मन सोचता कि लगता मेरा तीर टिकाने से बज गया ये अंदर भी दर्द है ये अंदर भी पीड़ा है ये अंदर भी धर्म की राखी कर जज्बात है ये अंदर पूरे भरे ने हले गल पूरी नहीं जो खोली बिच विचाले विचार करता थोड़ी गल दसता विचाले विचार करता थोड़ी गल दसदा है पर हुण मन च एक सवाल पैदा हो गया जी इंस्पैक्टर बेअंत सिंह ने कि मन ही मन सोचण लगा कि यह तो कहता कि वह बड़ा बुरा होया पर इहदे सिर ते केस नहीं जी तो माफ़ करना यह नहीं कि जिन्हां दे सिर ते केस नहीं उन्हां दे अंदर सिखी के प्रति दर्द नहीं है हो सकता साढ़े नाल उन्हां दे अंदर दोगुणा ज़्यादा दर्द होवे जिस तरह बेअंत सतवंत सिंह दे अंदर दर्द सी ते सतवंत सिंह मन ही मन सोचण लगा कि ना इहदे मूँह ते दाढ़ी है ना सिर ते केस ने ते मैनूं उम्मीद नहीं कि ये मेरे नाल खड़ सकता है पर जब फिर दो तीन बार फिर मिलाव उहदे नाल कीता फिर मन च थोड़ा विश्वास भरोसा बन गया कि गुरु ने जेकर इहदे कोलों सेवा लैनी होई ना तां इहनूं आप ही सिख सिंघ सजा देगा। हुण समां मिलदा विचारां करदे हुण इक बार दोन्हें जाणे अपने फुफड़ कीर सिंह को आ गए भाई सतवंत सिंह भाई बेअंत सिंह इंस्पैक्टर और तीजे नंबर ते अपने फुफड़ मुस्तफा बाद केर सिंह को दोनों जाने आ गए विचारा कीतियां काफ़ी लंबिया विचारा कीतियां डूंगियां विचारा कीतियां किस तरह होवे किस तरह करना चाहिए कि सानू की करना चाहिए असीं की कर सकते हैं पंथ दे लई असीं की कर सकते विचारा कीतियां ते हुण ये विचार उन्होंने बनाई है कि असीं मीडिया के नाल खबरां नूं सुनिया है पढ़िया है पर सानू यकीन नहीं जी आता सच की है तो झूठ की है सानू जा के देखना चाहिए एक बार सानू जा के एक बार दर्शन करने चाहिए ने सानू जा के एक बार देखना चाहिए कि की साढ़े काल तक साहब का की हाल बनाया सानू देखना चाहिए जाके पर हुण तां कोई नामो निशान ही नहीं हुण अज कल बच्चा कहे ना जाके कि सानू दिखाड़ो कित्थे गोली लगी सी की कहांगे उन्होंने कि सारिया पुरानिया निशानियां मिटा दित्तियां जलियां वाले बाग में हले भी निशानियां ने तो जब तिना ने सलाह बनाई क्यों ना आप दरबार साहब जाके आप सारा अपने अखा के नाल देखिए जाके तिना ने सलाह बनाई है दरबार साहब पहुँचे ने तो पहुँचद्या सार जब परिक्रमा में पैर ही रखे ना हले हले अंदर नहीं गए पैर ही रखे पैर रखते सार ज निगाह उन्होंने काल तख्त साहब से गई है तो एक पासो गोलियां के नाल सारा काल तख्त उडाया है तो अंदरों भुब्बा पैदा हो गई अखा दे पानी आ गया अखा दे हंझू आ गया तो हुण लागे जाके बड़े प्यार दे नाल ध्यान दे नाल गौर दे नाल काल तख्त साहिब नूं देखिया तो हाथ जोड़ के तिना जाणे ने दास कीती तो भाई सतवंत तो भाई बेअंत ने मन ही मन काल तख्त साहिब दे अगे हो के दोनों हाथ जोड़ के हिरदे दे अगे अरदास कीती क्या पातशाह तेरी कृपा सदका जिन्हां नूं तू थापड़ा दिता है ना
ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਆਪਦੇ ਕਿਰਪਾ ਸਦਕਾ ਥਾਪੜੇ ਸਦਕਾ ਉਹਨਾਂ ਨੇ ਇਸ ਸੇਵਾ ਨੂੰ ਕਮਾ ਲਿਆ। ਹੁਣ ਅਸੀਂ ਸੇਵਾ ਲੈਣ ਦੇ ਲਈ ਆਏ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ, ਸਾਡੇ 'ਤੇ ਥਾਪੜਾ ਦੇ ਕਿ ਅਸੀਂ ਜਿਸ ਸੇਵਾ ਲਈ ਚੱਲੇ ਹਾਂ ਨਾ ਉਹ ਸੇਵਾ ਸਾਡੀ ਪੂਰੀ ਹੋ ਜਾਵੇ। ਕਿਉਂਕਿ ਸਾਡੇ ਅੰਦਰ ਵਿਸ਼ਵਾਸ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲਣ ਜਾਣੇ ਮਾਇਆ ਮਦ ਮਾਤਾ, ਮਰਨਾ ਕੀਰਤਨ ਆਵੈ। ਕਿਹਾ ਪਾਤਸ਼ਾਹ ਸਾਨੂੰ ਤੇਰੇ 'ਤੇ ਪੂਰਾ ਵਿਸ਼ਵਾਸ ਹੈ, ਭਰੋਸਾ ਹੈ, ਨਮਸਕਾਰ ਕੀਤੀ ਹੈ, ਪਰਿਕਰਮਾ ਕੀਤੀ, ਇਸ਼ਨਾਨ ਪਾਣੀ ਕੀਤਾ ਹੈ। ਉਹ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਫੋਟੋ ਹੈ ਉਹ ਹਰ ਵੇਲੇ ਹੁਣ ਅੱਖਾਂ ਦੇ ਅੱਗੇ ਘੁੰਮਣ ਲੱਗ ਪਈ ਕਿ ਅਕਾਲ ਤਖ਼ਤ ਸਾਹਿਬ ਇੱਕ ਪਾਸੋਂ ਢਹਿ ਢੇਰੀ ਹੋਇਆ, ਕਿਸ ਤਰ੍ਹਾਂ ਉਹਦੀ ਹਾਲਤ ਹੋਈ ਹੈ, ਕਿਸ ਤਰ੍ਹਾਂ ਗੋਲਿਆਂ ਦੇ ਨਾਲ ਬੰਬਾਂ ਦੇ ਨਾਲ ਉਹਨੂੰ ਉਡਾਇਆ ਗਿਆ, ਉਹ ਤਸਵੀਰ, ਉਹ ਦ੍ਰਿਸ਼ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸੁਪਨੇ ਵਿੱਚ ਉਹ ਜਿਹੜਾ ਦ੍ਰਿਸ਼ ਘੁੰਮਣ ਲੱਗ ਪਿਆ। ਹੁਣ ਕਿੰਨੇ ਜਾਣੇ ਭਾਈ ਸਤਵੰਤ ਸਿੰਘ ਸਕਿਉਰਟੀ ਗਾਰਡ ਅਤੇ ਭਾਈ ਬੇਅੰਤ ਸਿੰਘ ਜਿਹੜਾ ਇੰਸਪੈਕਟਰ ਹੈ, ਉਹ ਤੀਜੇ ਨੰਬਰ 'ਤੇ ਭਾਈ ਬੇਅੰਤ ਸਿੰਘ ਦਾ ਫੁੱਫੜ ਜਿਹੜਾ ਕੀਰ ਸਿੰਘ, ਤਿੰਨੇ ਆਪਣੇ ਆਪਣੇ ਘਰ ਚਲ ਗਏ। ਅਤੇ ਜਿਹੜਾ ਸਤਵੰਤ ਸਿੰਘ ਵਾਲੇ ਵਿਆਹਿਆ ਨਹੀਂ, ਉੱਚਾ ਲੰਮਾ ਗੱਭਰੂ ਹੈ ਅਤੇ ਆਪਣੇ ਘਰ ਪਹੁੰਚਿਆ ਹੈ ਨਾ, ਅਤੇ ਘਰ ਪਹੁੰਚਦੇ ਸਾਰ ਆਪਣੇ ਪਿਓ ਨੂੰ ਮੱਥਾ ਟੇਕਿਆ, ਮਾਂ ਨੂੰ ਮੱਥਾ ਟੇਕਿਆ ਹੈ, ਅਤੇ ਮੱਥਾ ਟੇਕਦੇ ਸਾਰ ਕਹਿਣ ਲੱਗਾ, ਇਹ ਮੇਰੀ ਮਾਂ, ਇਹ ਮੇਰੇ ਪਿਤਾ, ਕਿ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ। ਕੁਝ ਦਿਨਾਂ ਬਾਅਦ ਮੈਂ ਕਿਸੇ ਕੋਰਸ 'ਤੇ ਜਾ ਰਿਹਾ, ਮੈਂ ਕਿਸੇ ਪੜ੍ਹਾਈ 'ਤੇ ਜਾ ਰਿਹਾ ਹੈ ਨਾ, ਕਿ ਤੁਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਜਿਸ ਕੋਰਸ ਲਈ ਮੈਂ ਜਾ ਰਿਹਾ ਜਾਂ ਜਿਹੜੀ ਪੜ੍ਹਾਈ ਲਈ ਮੈਂ ਜਾ ਰਿਹਾ, ਉਸ ਪੜ੍ਹਾਈ ਦੇ ਵਿੱਚੋਂ ਮੈਂ ਜੇ ਪਾਸ ਹੋ ਜਾਵਾਂ, ਚੰਗੇ ਨੰਬਰ ਲੈ ਕੇ ਮੈਂ ਪਾਸ ਹੋ ਜਾਵਾਂ ਇਮਤਿਹਾਨ ਦੇ ਵਿੱਚੋਂ, ਅਤੇ ਆਪਣਾ ਵੀ ਅਸੀਸ ਭਰਿਆ ਹੱਥ ਮੇਰੇ 'ਤੇ ਰੱਖੋ। ਗੁਰੂ ਤਾਂ ਹਮੇਸ਼ਾ ਹੀ ਅਸੀਸਾ ਦਿੰਦਾ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਮਨ ਵਿੱਚ ਖੁਸ਼ੀ ਵੀ ਹੈ ਅਤੇ ਹੁਣ ਸੰਗ ਦਾ ਸਗਾਉਂਦਾ ਆਪਣੇ ਪਿਓ ਨੂੰ ਬਾਪ ਨੂੰ ਕਹਿਣ ਲੱਗਾ, ਤਰਲੋਕ ਸਿੰਘ ਪਿਓ ਹੈ ਅਤੇ ਪਿਆਰ ਕੌਰ ਮਾਂ ਹੈ, ਅਤੇ ਬਾਪੂ ਤਰਲੋਕ ਸਿੰਘ ਨੂੰ ਕਹਿਣ ਲੱਗਾ, ਭਾਈ ਸਤਵੰਤ ਸਿੰਘ, ਕਿਹਾ ਬਾਪੂ ਕਿ ਮੇਰਾ ਜੀ ਤਾਂ ਨਹੀਂ ਕਰਾਂ ਤੈਨੂੰ ਗੱਲ ਦੱਸਾਂ, ਪਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਕਿ ਜਿਹਦੇ ਨਾਲ ਮੇਰੀ ਮੰਗਣੀ ਹੋਈ ਹੈ ਨਾ, ਬੀਬੀ ਸੁਰਿੰਦਰ ਕੌਰ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ, ਕਿ ਜਿਹਦਾ ਰਿਸ਼ਤਾ ਇਹਦੇ ਭਰਾ ਅਤੇ ਭਰਜਾਈ ਨੇ ਕਰਾਇਆ ਸੀ, ਕਿ ਬਾਪੂ ਮੇਰਾ ਜੀ ਕਰਦਾ ਹੈ ਕਿ ਇੱਕ ਵਾਰ ਮੇਰਾ ਸੁਰਿੰਦਰ ਕੌਰ, ਮੇਰੀ ਹੋਣ ਵਾਲੀ ਘਰਵਾਲੀ, ਮੇਰੀ ਹੋਣ ਵਾਲੀ ਪਤਨੀ ਦੇ ਨਾਲ ਮੇਰਾ ਮਿਲਾਪ ਕਰਵਾ ਦੇ। ਅਤੇ ਬਾਪੂ ਵੀ ਖੁਸ਼ ਹੋ ਕੇ ਕਹਿਣ ਲੱਗਾ, ਪੁੱਤ ਅਤੇ ਪਹਿਲਾਂ ਤਾਂ ਤੂੰ ਕਹਿੰਦਾ ਸੀ ਕਿ ਮੈਂ ਵਿਆਹ ਨਹੀਂ ਜੇ ਕਰਾਉਣਾ, ਮੇਰੀ ਮੰਗਣੀ ਕਰਾਤੀ ਹੈ, ਅਤੇ ਹੁਣ ਤੂੰ ਕਹਿ ਰਿਹਾ ਕਿ ਮੈਂ ਉਹਦੇ ਨਾਲ ਮਿਲਣਾ ਚਾਹੁੰਦਾ। ਕਹਿੰਦਾ ਹਾਂ ਬਾਪੂ, ਮੇਰਾ ਮਨ ਬੜਾ ਕਰਦਾ ਹੈ ਕਿ ਮੈਂ ਉਹਦੇ ਨਾਲ ਮਿਲਾਂ, ਕੁਝ ਦਿਲ ਦੀਆਂ ਗੱਲਾਂ ਮੈਂ ਉਹਦੇ ਨਾਲ ਸਾਂਝੀਆਂ ਕਰਾਂ, ਪਰ ਇੱਕ ਸ਼ਰਤ, ਜੇ ਇੱਜ਼ਤਾਂ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਦਾ ਸਮੇਂ ਬੜੇ ਬਦਲ ਗਏ ਕਿ ਵਿਆਹ ਤੋਂ ਪਹਿਲਾਂ ਨਹੀਂ ਜੇ ਕੋਈ ਮਿਲ ਸਕਦਾ, ਧੀ ਪੁੱਤਰ ਇੱਕ ਦੂਜੇ ਪਾਸੇ ਨਹੀਂ ਜੇ ਮਿਲ ਸਕਦੇ, ਪਰ ਹੁਣ ਤਾਂ ਸਮਾਂ ਹੀ ਬੜਾ ਬਦਲ ਗਿਆ ਹੈ। ਪਰ ਇੱਕ ਸ਼ਰਤ ਹੈ, ਜੇਕਰ ਉਹਦੇ ਨਾਲ ਤੋਂ ਮਿਲਣਾ ਹੈ ਨਾ, ਪਰ ਕੁਝ ਦਿਨਾਂ ਬਾਅਦ ਅਸੀਂ ਤੇਰਾ ਉਹਦੇ ਨਾਲ ਵਿਆਹ ਆਨੰਦ ਕਾਰਜ ਕਰ ਦੇਵਾਂਗੇ। ਚਲੋ ਜਿਸ ਤਰ੍ਹਾਂ ਵਿਚਾਰ ਹੋਈ ਮਾਂ ਪਿਓ ਅਤੇ ਭਾਈ ਸਤਵੰਤ ਸਿੰਘ ਤਿੰਨੇ ਜਾਣੇ ਮਿਲ ਕੇ ਹੁਣ ਉਹ ਬੀਬੀ ਸੁਰਿੰਦਰ ਕੌਰ ਦੇ ਪਿੰਡ ਪਹੁੰਚੇ ਨੇ। ਪਹੁੰਚਦੇ ਸਾਰ ਪਹਿਲਾਂ ਗੁਰਦੁਆਰਾ ਸਾਹਿਬ ਗਏ, ਮੱਥਾ ਟੇਕਿਆ, ਹਲੇ ਵਿਚਾਰਾ ਬਣਾ ਰਹੇ ਨੇ ਤਿੰਨੇ ਜਾਣੇ ਕਿ ਕਿਸੇ ਬੰਦੇ ਨੂੰ, ਚੌਥੇ ਬੰਦੇ ਨੂੰ ਪਾ ਕੇ ਉਹਨਾਂ ਨੂੰ ਇੱਥੇ ਬੁਲਾ ਲਈਏ, ਉਹਨਾਂ ਦੇ ਨਾਲ ਮਿਲੀਏ, ਤੇਰਾ ਮਿਲਾਪ ਕਰਾ ਦਈਏ, ਕਿ ਰੱਬ ਨੇ ਬਹਾਨਾ ਬਣਾਉਣਾ ਹੁੰਦਾ ਨਾ ਕੋਈ ਨਾ ਕੋਈ, ਕਿਹੋ ਜਿਹਾ ਕਾਰਨ ਬਣਿਆ ਅਚਾਨਕ ਉਹ ਬੀਬੀ ਸੁਰਿੰਦਰ ਕੌਰ ਆਪਣੀ ਮਾਂ ਦੇ ਨਾਲ ਅਚਾਨਕ ਖੁਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਗਈ, ਕਿ ਜਿੱਥੇ ਭਾਈ ਸਤਵੰਤ ਸਿੰਘ ਆਏ ਗੁਰਦੁਆਰੇ, ਉਹਦੀ ਮਾਂ ਆਈ, ਉਹਦੇ ਪਿਓ ਆਇਆ ਨਾ, ਅਤੇ ਉਸੇ ਗੁਰਦੁਆਰੇ ਵਿੱਚ ਅਚਾਨਕ ਉਹ ਬੀਬੀ ਸੁਰਿੰਦਰ ਕੌਰ ਮੱਥਾ ਟੇਕਣ ਦੇ ਲਈ ਆਪਣੀ ਮਾਂ ਦੇ ਨਾਲ ਆ ਗਈ, ਕਿ ਦੇਖੋ ਰੱਬ ਦੇ ਰੰਗ ਕਿਸ ਤਰ੍ਹਾਂ ਮਿਲਾਪ ਕਰਾਉਂਦਾ ਹੈ। ਅਤੇ ਹੁਣ ਮੱਥਾ ਟੇਕਿਆ, ਪ੍ਰਸ਼ਾਦ ਲੰਗਰ ਪਾਣੀ ਛਕਿਆ ਏ, ਆਉਂਦਿਆਂ ਸਾਰ ਪਹਿਲਾਂ ਭਾਈ ਸਤਵੰਤ ਨੇ ਆਪਣੇ ਹੋਣ ਵਾਲੀ ਸੱਸ ਕਹਿ ਲਈਏ
ਅਤੇ ਮਾਂ ਕਹਿੰਦੇ ਮੱਥਾ ਟੇਕਿਆ ਅਤੇ ਆਪਣੇ ਆਪ ਨੂੰ ਬੜਾ ਕਾਬੂ 'ਚ ਰੱਖ ਰਿਹਾ ਸਤਵੰਸ਼ ਹੈ ਅਤੇ ਕਹਿੰਦੇ ਮੇਰੇ ਕੋਲ ਜਜ਼ਬਾਤ ਅੰਦਰਲਾ ਸੱਚ ਨਾ ਕਿਤੇ ਨਿਕਲ ਜਾਏ ਜੇਕਰ ਮੈਂ ਇਹਨਾਂ ਨੂੰ ਸੱਚ ਦੱਸ ਦਿੱਤਾ ਨਾ ਅਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦੇਣਾ। ਮੱਥਾ ਟੇਕਦੇ ਸਾਰ ਕਹਿਣ ਲੱਗਾ ਮੇਰੀ ਮਾਂ ਹੋਣ ਵਾਲੀ ਸੱਸ ਨੂੰ ਕਿ ਮੈਨੂੰ ਆਸ਼ੀਰਵਾਦ ਦੇ ਕਿ ਜਿਹੜੇ ਮੈਂ ਕੰਮ ਵਾਸਤੇ ਚੱਲਾਂ ਜਾਂ ਜਿਹੜੀ ਪੜ੍ਹਾਈ ਕਰਨ ਵਾਸਤੇ ਚੱਲਾਂ ਜਾਂ ਜਿਹੜਾ ਕੋਰਸ ਕਰਨ ਵਾਸਤੇ ਚੱਲਾਂ ਉਹ ਬੜਾ ਔਖਾ, ਜੇ ਤੂੰ ਮੇਰੇ ਸਿਰ 'ਤੇ ਹੱਥ ਰੱਖ ਕੇ ਉਸ ਕੋਰਸ ਦੇ ਵਿੱਚੋਂ ਮੈਂ ਪਾਸ ਹੋ ਜਾਵਾਂ। ਅਤੇ ਹੁਣ ਲਾਗੇ ਖੜ੍ਹੀ ਆਪਣੀ ਹੋਣ ਵਾਲੀ ਘਰ ਵਾਲੀ ਹੋਣ ਵਾਲੀ ਪਤਨੀ ਬੀਬੀ ਸੁਰਿੰਦਰ ਕੌਰ ਕੋਲ ਪਹੁੰਚਣ। ਹਾਲਾਂਕਿ ਜਿਹਨੇ ਉਹ ਸੁਰਿੰਦਰ ਕੌਰ ਨੇ ਮਨ 'ਚ ਧਾਰਨ ਕਰ ਲਿਆ ਸੀ, ਮਨ 'ਚ ਵਸਾ ਲਿਆ ਸੀ ਕਿ ਇਹੀ ਮੇਰਾ ਪਤੀ ਮੰਗਣੀ ਹੋਣ ਤੋਂ ਬਾਅਦ, ਅਤੇ ਕਹਿਣ ਲੱਗਾ ਸੁਰਿੰਦਰ ਕੌਰੇ ਕਿ ਹੁਣ ਮੈਂ ਕੁਝ ਦਿਨਾਂ ਬਾਅਦ ਜਿਸ ਕੋਰਸ ਦੇ ਵਾਸਤੇ ਚੱਲਾਂ ਹੈ ਨਾ, ਜਿਸ ਕੰਮ ਦੇ ਵਾਸਤੇ ਚੱਲਾਂ ਜਾਂ ਜਿਸ ਪੜ੍ਹਾਈ ਵਾਸਤੇ ਚੱਲਾਂ ਹੈ, ਉਹ ਕੰਮ ਜੇ ਬੜਾ ਔਖਾ ਹੈ, ਮੈਨੂੰ ਸਮਾਂ ਲੱਗ ਸਕਦਾ ਹੈ, ਹੋ ਸਕੇ ਰੱਬ ਦਾ ਇਹੋ ਜਿਹਾ ਭਾਣਾ ਵਰਤੇ ਕੋਈ ਕੰਮ ਹੋ ਜਾਏ ਜਾਂ ਹੋ ਸਕਦਾ ਮੇਰੇ ਕੋਲ ਨਾ ਆ ਹੋਵੇ, ਪਰ ਤੂੰ ਇਸ ਤਰ੍ਹਾਂ ਕਰੀ ਜੇਕਰ ਮੈਂ ਨਾ ਜੇ ਆਇਆ ਨਾ ਤੂੰ ਆਪਣਾ ਵਿਆਹ ਕਿਸੇ ਹੋਰ ਦੇ ਨਾਲ ਕਰਾ ਲਿਆ। ਅਤੇ ਸੁਰਿੰਦਰ ਕੌਰ ਕਹਿਣ ਲੱਗੀ ਇਹ ਮੇਰੇ ਸਿਰ ਦੇ ਹੋਣ ਵਾਲੇ ਸਾਈਂ ਕਿ ਮੈਂ ਆਪਣੇ ਮਨ ਦੇ ਵਿੱਚ ਇਹ ਧਾਰਨ ਕਰ ਲਿਆ ਕਿ ਤੇਰੇ ਨਾਲ ਮੇਰਾ ਮੰਗਣਾ ਹੋਇਆ ਮੰਗਣੀ ਹੋਈ ਹੈ ਨਾ, ਤਾਂ ਜੇਕਰ ਤੂੰ ਨਾ ਵੀ ਆਵੇਂ ਨਾ ਮੈਂ ਹੁਣ ਤੈਨੂੰ ਆਪਣਾ ਪਤੀ ਪ੍ਰਵਾਨ ਜੇ ਕਰ ਲਿਆ, ਜੇਕਰ ਨਾ ਵੀ ਆਇਆ ਤਾਂ ਮੈਂ ਕਿਸੇ ਹੋਰ ਦੇ ਨਾਲ ਵਿਆਹ ਨਹੀਂ ਜੇ ਕਰਾਂਗੀ। ਹੋਇਆ ਵੀ ਇਸੇ ਤਰ੍ਹਾਂ ਹੀ। ਅਤੇ ਬਾਅਦ ਦੇ ਵਿੱਚ ਆ ਸਭ ਜਾਣਦੇ ਹੋ ਕਿ ਉਸ ਸੁਰਿੰਦਰ ਕੌਰ ਨੇ ਉਸ ਭਾਈ ਸਤਵੰਤ ਦੀ ਫੋਟੋ ਦੇ ਨਾਲ ਲਾਵਾਂ ਲੈ ਕੇ ਆਪਣਾ ਆਨੰਦ ਕਾਰਜ ਰਚਿਆ ਸੀ। ਦੂਜੇ ਕਿਸੇ ਦੇ ਨਾਲ ਵਿਆਹ ਨਹੀਂ ਜੇ ਕਰਾਂ, ਮਨ 'ਚ ਧਾਰਨ ਕਰ ਲਿਆ ਸੀ ਕਿ ਇਹੀ ਸਤਵੰਤ ਸਿੰਘ ਮੇਰਾ ਹੋਣ ਵਾਲਾ ਪਤੀ ਹੈ। ਅਤੇ ਹੁਣ ਚਲੋ ਜਿੱਦਾਂ ਵੀ ਸਮਾਂ ਕੋਈ ਠਹਿਰੇ ਨੇ, ਫਿਰ ਘਰ ਵਿੱਚ ਪਹੁੰਚੇ ਨੇ। ਹਾਲਾਂਕਿ ਵਿਚਲੀ ਭੇਦ ਦੀ ਗੱਲ ਨਾ ਬਾਪ ਨੂੰ ਦੱਸੀ, ਨਾ ਮਿਓ ਨੂੰ ਦੱਸੀ, ਮਾਂ ਨੂੰ ਦੱਸੀ ਹੈ, ਨਾ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਦੱਸੀ, ਨਾ ਸੱਸ ਨੂੰ ਦੱਸੀ ਹੈ। ਅਤੇ ਘਰ ਆ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਇਹ ਮਾਂ ਆਪਣੇ ਸਾਰੇ ਕੱਪੜੇ ਕੱਢ ਦਿੱਤੇ, ਪਾਉਣ ਵਾਲੇ ਸਾਰੇ ਕੱਪੜੇ ਕੱਢੇ। ਕਹਿਣ ਲੱਗਾ, ਮਾਂ ਇਹ ਸਾਰੇ ਕੱਪੜੇ ਮੇਰੇ ਹੁਣ ਕਿਸੇ ਕੰਮ ਦੇ ਨਹੀਂ, ਕਿਉਂ? ਇਹ ਸਾਰੇ ਕੱਪੜੇ ਮੇਰੇ ਉੱਤੇ ਹੋ ਗਏ ਨੇ, ਲਾਗੇ ਆਂਢੀ ਗੁਆਂਢੀਆਂ ਨੂੰ ਮੇਰੇ ਹੋਰ ਸੱਜਣਾ ਮਿੱਤਰਾਂ ਨੂੰ ਵੰਡ ਲਈ ਹੈ, ਸਾਜੋ ਸਮਾਨ ਮੇਰੇ ਕਿਸੇ ਕੰਮ ਦਾ ਨਹੀਂ ਜੇ, ਕਿਉਂਕਿ ਹੁਣ ਮੈਂ ਨਹੀਂ ਜੇ ਵਰਤਣਾ। ਪਰ ਉਹਦੀ ਮਾਂ ਨੂੰ ਵਿਚਲੀਆਂ ਗੱਲਾਂ ਦਾ ਨਹੀਂ ਸੀ ਪਤਾ ਕਿ ਕੀ ਕਹਿ ਕੀ ਰਿਹਾ, ਵਿੱਚੋਂ ਵਿੱਚ ਇਹ ਗੱਲ ਦੱਸ ਰਿਹਾ ਸੀ ਕਿ ਮੈਂ ਮੁੜ ਕੇ ਨਹੀਂ ਜੇ ਆਉਣਾ, ਇਹ ਕੱਪੜੇ ਤੁਸੀਂ ਦੇ ਦਿਓ ਕਿਸੇ ਨੂੰ। ਅਤੇ ਹੁਣ ਕੁਝ ਸਮਾਂ ਘਰ ਵਿੱਚ ਠਹਿਰਿਆ ਏ, ਸੱਜਣਾ ਮਿੱਤਰਾਂ ਨੂੰ ਮਿਲਿਆ ਏ, ਅਤੇ ਹੁਣ ਫਿਰ ਇੱਕ ਵਾਰ ਆਪਣੇ ਘਰਦਿਆਂ ਕੋਲ ਆਸ਼ੀਰਵਾਦ ਲਿਆ ਕਿ ਮੈਨੂੰ ਆਸ਼ੀਰਵਾਦ ਦਿਓ, ਸੀਸ ਦਿਓ ਕਿ ਜਿਸ ਪੜ੍ਹਾਈ ਲਈ ਮੈਂ ਜਾ ਰਿਹਾ ਉਸ ਪੜ੍ਹਾਈ ਦੇ ਵਿੱਚੋਂ ਮੈਂ ਪਾਸ ਜੇ ਹੋਵਾਂ, ਉਸ ਕੋਰਸ ਦੇ ਵਿੱਚੋਂ ਮੈਂ ਪਾਸ ਹੋ ਜਾਵਾਂ। ਹੁਣ 26 ਅਕਤੂਬਰ ਨਾ ਮੈਂ ਭੁੱਲਦਾ ਹੋਵਾਂ 1984 ਨੂੰ ਭਾਈ ਕੇਰ ਸਿੰਘ ਔਰ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤਿੰਨੇ ਜਾਣੇ ਫਿਰ ਦਿੱਲੀ ਇਕੱਤਰ ਹੋਏ, ਅਤੇ ਦਿੱਲੀ ਫਿਰ ਦਰਬਾਰ ਸਾਹਿਬ ਜਾ ਕੇ ਖੰਡੇ ਬਾਟੀ ਦੀ ਪੌਲ ਛਕਣਾ ਕੀਤੀ, ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪਾਤਸ਼ਾਹ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਬੜੇ ਜਨਮ ਤੋਂ ਬਿਛੜੇ ਪਾਤਸ਼ਾਹ ਹੁਣ ਕਿਰਪਾ ਕਰ, ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਅਸੀਂ ਤੇਰੇ ਘਰ ਦੇ ਵਿੱਚ ਆਏ, ਕਿਰਪਾ ਕਰ ਸਾਨੂੰ ਖੰਡੇ ਬਾਟੇ ਦੀ ਪੌਲ ਛਕਣ ਦੀ ਆਗਿਆ ਬਖਸ਼ੋ। ਫਿਰ ਖੰਡੇ ਬਾਟੇ ਦੀ ਪੌਲ ਛਕੀ ਹੈ, ਅਤੇ ਵਿੱਚ ਮੈਂ ਗੱਲ ਕੀਤੀ ਸੀ ਨਾ ਕਿ ਭਾਈ ਸਤਵੰਤ ਸਿੰਘ ਨੇ ਪਹਿਲਾਂ ਕੇਸ ਕਟਾਏ ਸੀ, ਪਹਿਲਾਂ ਕੇਸਾ ਧਾਰੀ ਸੀ, ਇਹ ਜਦੋਂ ਦਿੱਲੀ ਜਾ ਕੇ ਭਰਤੀ ਹੋਏ ਸਿਕਿਉਰਟੀ ਗਾਰਡ ਬਣਿਆ ਹੈ ਨਾ ਇੰਦਰਾ ਗਾਂਧੀ ਦਾ, ਇਹਨੇ ਕੇਸ ਕਤਲ ਕਰਾ ਦਿੱਤੇ ਸੀ ਪਹਿਲਾਂ, ਅਤੇ ਉੱਥੇ ਫਿਰ ਇਹਨੇ ਕਿਸੇ ਉਸਤਾਦ ਦੇ ਕੋਲ ਭਲਵਾਨੀ ਸਿੱਖਦਾ ਸੀ, ਪਹਿਲਵਾਨੀ ਸਿੱਖਦਾ ਕਿਸੇ ਉਸਤਾਦ ਦੇ ਕੋਲ, ਅਤੇ ਫਿਰ ਦੁਬਾਰਾ ਸਤਿਗੁਰਾਂ ਦੀ ਰਹਿਮਤ ਕਿਰਪਾ ਸਦਕਾ ਹੋਈ, ਭਾਈ ਇੰਸਪੈਕਟਰ ਬੇਅੰਤ ਸਿੰਘ ਦੇ ਨਾਲ ਮਿਲਾਪ ਹੋਇਆ, ਅਤੇ ਫਿਰ ਦੁਬਾਰਾ ਖੰਡੇ ਬਾਟੀ ਦੀ ਪੌਲ ਛੱਕੀ, ਪਹਿਲਾਂ ਨਹੀਂ ਛੱਕਿਆ ਸੀ ਉਹਨਾਂ, ਪਹਿਲਾਂ ਕੇਸਾ ਧਾਰੀ ਸੀ ਇਕੱਲਾ। ਹੁਣ ਤਿੰਨੇ ਮਿਲਦੇ ਰਹਿੰਦੇ, ਵਿਚਾਰਾਂ ਕਰਦੇ ਰਹਿੰਦੇ ਕਿ ਅਗਲਾ ਕਦਮ ਕਿਸ ਤਰ੍ਹਾਂ ਕਦੋਂ ਕਿੰਨੇ ਵਜੇ ਚੁੱਕਿਆ ਜਾਏ। ਹੁਣ ਜਿਹੜਾ ਇਹ ਸਿਕਿਉਰਟੀ ਗਾਰਡ ਭਾਈ ਸਤਵੰਤ ਸਿੰਘ ਹੈ ਨਾ, ਇਹ ਹਮੇਸ਼ਾ ਉਹਦੇ ਨਾਲ ਰਹਿੰਦਾ ਹੈ ਇੰਦਰਾ ਗਾਂਧੀ ਦਾ,
कि इंदिरा गांधी ने भी अपने नाल दे दो होर लेडीज कह लिए दो जनानियां अपने वर्गियां तैयार हूबहू कीतियां सी कि पर जिहड़ी इहदी पूरी कापी सी पर असली कोई सी असली दी निशानी की सी एक आर के बदन नाम का बंदा होया जिहड़ा हमेशा असली दे नाल रहा करदा सी दूजियां दे नाल होर सिक्योरिटी गार्ड सी उहदी निशानी इह सी इंस्पैक्टर भाई बेअंत सिंह नूं पता सी कि जिहड़ा आर के बदन है ना वह हमेशा जी असली वाले इंदिरा गांधी वो दया करता दूजे बड़े होर सिक्योरिटी गार्ड ने हूँ तिना ने विचार किए किस तरह हूँ अगला काम किया जाए मन च विचारा बनाइया कि अगला कदम हूँ की चुकना है सारी विचार के अनुसार बनाई विचार के अनुसार कि सवेर के 10 बजे ने दिन चढ़िया है कि उन्होंने ये सोचा कि हुण सवेर नूं इंदिरा गांधी ने दिल्ली में इंटरव्यू देन आना है कि आएगी असली देन क्योंकि नकली इंटरव्यू थोड़ा तो आएगी कि दूजे निशानी होए जेकर आर के बदन होया ना इस मिले हुए समय में आपां दोनों जाने हाथों किसी भी कीमत ने गवावांगे नहीं उन्होंने पता लग गया कि जिहदे असीं नौकरी कर रहे हैं ना इस दे कोल नौकरी जिहदे कोल कर रहे इन्हें साडे काल तख्त साहिब नूं ढहटी दी करवाया गया मन च बड़ी तड़फ है मन च बड़ी दर्द है मन च बड़ी पीड़ा है अंदर स्पिरिट है जमीर जाके विचारा कर दिया हुण जद वह दिहाड़ा है 31 अक्तूबर 1984 का सवेरे 10 बजे का तो जिथे इंटरव्यू देने वास्ते आना सी ना उस इंदिरा गांधी ने तो अंदर गेट बंद है गेट के लागे खड़ा है भाई बेअंत सिंह क्योंकि स्पैक्टर है पहला खड़ेगा तो पिछे जाके जिहड़ा दूसरे पासे उस लैन के अगे जाके खड़ा है भाई सतवंत सिंह वो सिक्योरिटी गार्ड है तो उहदे नाल हो सिक्योरिटी गार्ड है उहदी ड्यूटी लागे कि तू इस लैन के खड़ना इंस्पैक्टर ने लाई सी क्योंकि विचार उस तरह बनाए से कि तू इंदिरा गांधी के नाल नहीं जे रहना तू इन्हां बाकी सिक्योरिटी गार्डां दे नाल इस मेरे नाल लैन में खड़ना जी पहला इंदिरा गांधी ना दिया करता सी तो फिर जिथे खड़ा सी भाई बेअंत सिंह गेट के लागे तो गेट के लागे से उहदे बाथरूम तो वह भाई सतवंत सिंह गांह जाके खड़ा सी ते नाल दे अपने नूं साथ नूं कहण लगा कि भाई कि अज मेरा पेट कुछ ठीक नहीं मेरी तबीयत कुछ ठीक नहीं है तो मैनूं लूज मोजन लगे ने इस तरह करो कि मैं तुहाडी थां ते आ जाना कि तुसीं मेरी थां ते आ जाओ ते नाल दे साथी हमदर्द जताउण लगे कि भाई क्या मित्र जेकर तेरी तबीयत नहीं सही तेरी सेहत नहीं ठीक तो तू जा सकता सी तेरे थां कोई होर बंदा बुला लैंदे कहिंदे नहीं अज नहीं जे जाना कि अज इंदिरा गांधी नूं मिलना है उहदे नाल बड़ा जरूरी काम जे कि अज मेरे तवे भी ना भी ठीक तां भी मैं ड्यूटी ते रहांगा सलाह बनाई है ते हुण भाई सतवंत सिंह ते भाई बेअंत सिंह उत्थे बाथरूम दे लागे दोनों इकट्ठे हो गए ते भाई सतवंत सिंह दे कोल 18 गोलियां वाली मशीनरी गन फड़ी है ते भाई बेअंत दे कोल 5 राउंड वाला जिहड़ा रिवॉल्वर फड़िया है ते जदों हूटर वाली गड्डी बाहर आई है ना तो आते सार दोने अलर्ट हो गए तो खुश भी बड़े हो रहे हैं तो जब हूटर वाली गड्डी बाहर आई है ना हर बार की तरह भाई बेअंत सिंह ने अगे होकर गेट खोलिया गेट खोलते सार सलूट मारिया सलूट मारते सार वो जो सज्जा हाथ है ना अपने पाए हुए खब्बे पासे रिवॉल्वर से चला गया भाई बेअंत सिंह का रिवॉल्वर कढ़ दे सार ते जदों उन्हें एक गोली जिहड़ी है ना इंदिरा गांधी दे छाती विच ठोकी ठोकदे सार वह इंदिरा कहण लगी बेअंत सिंह जे क्या हिंदी बोलदी सी ना कि बेअंत सिंह जे क्या ते अगों बेअंत सिंह कहण लगा इंदिरा गांधी इह अकाल तख्त साहिब दा बदला है इह अकाल तख्त साहिब दा की है बदला लिया तेरे कोल एक मारी दो मारी तीन चार पंजे दे पंजे गोलियां उस इंदिरा दे हिक दे विच ठोक दित्तियां ठोकते सार पिछे फिर भाई सतवंत सिंह भी घट नहीं 28 गोलियां वाली फड़ी मशीनरी गन सारिया गोलियां उसके शरीर से धक दित्तियां सारा शरीर शरण ही कर दिता तो जो योजा कौतक वरत गया ना जिन्हें भी होर सिक्योरिटी गार्ड ने जां होर भी उहदे नाल दे ने सारे ने चेहरे उतर गए चेहरियां ते उदासी आ गई पर इस गुरु के लालां के चेहरियां ते होर लाले खिड़ गए बड़े खुश होए ने
उन्होंने चेहरे उतर गए, बड़ी उदासी हो गई, केंद्रा चढ़ाई कर गई है, पर इन्होंने मन बड़ा खुश है, चेहरिया ते लाली चढ़ गई, हथियार थले सट दते। तो हुण उन्होंने सिक्योरिटी गार्डा ने जां होर जिहड़े भी नाल दे सी ना कमांडो होर सी उन्होंने इन्हां दोनों नूं फड़िया, कमरे ते लगाए बंद कमरिया, ते पूरी कार्रवाई होई, इन्हां नूं कुटिया ते कमरे ते ले जा के ना दोनों नूं खड़े कर लेना कमांडुआ ने, जिहड़े होर भी सिक्योरिटी गार्ड सी जिन्हां दे अंदर इंदरा दा ज़्यादा दर्द सी, पर इन्हां दे अंदर काल तख्त साहिब दा दर्द सी, ते जां कमरे ते लै गए ना, कमरे ते लगा के दोनों नूं पड़ा ठुड्डा भी मारिया, बोल बोल बोले, गालां भी कढ़िया, ते जद खड़ो के इन्हां दे गोली मार लगे ना भाई सतवंत सिंह दे, जब गोली मार लगे तो भाई बेअंत सिंह गांह के छाती डाले, भाई बेअंत सिंह कहन लगा जेकर गोली मारनी है ना तो पहले मेरी हिक ते मारो, क्यों? क्योंकि इहनू मैं ही तैयार किया, पहले मेरे गोली बजनी चाहिए। तो उन्होंने फिर गोलियां मारिया, भाई बेअंत सिंह दे हिक दे जो गोलियां लगिया, तो खुश होंदे होंदे होए अज दे दिन 31 अक्तूबर 1984 नूं फिर वो भाई बेअंत सिंह शहीदी पा गए। हले भाई सतवंत सिंह शहीद नहीं हुए, पूरी लंबी कार्रवाई हुई, हालांकि जख्मी हो गए भाई सतवंत सिंह शहीद नहीं जे हुए, पूरी कार्रवाई हुए, उन्होंने जेल में रखा गया, तिहाड़ जेल में लग गए भाई सतवंत सिंह, फिर घर उन्होंने छापे पैने शुरू हो गए, उहदे प्यो तरलोक सिंह ते माँ प्यार कौर दे कोल पहुँचे ने, पुलिस वाले घर छापे पैंदे ने, ਜਾਂ ਛਾਪੇ ਪੈਂਦੇ ਨੇ ਨਾ, ਅਤੇ ਆਪਣੇ ਘਰ ਵਾਲੀ ਨੂੰ ਪਿਆਰ ਕੌਰ ਨੂੰ ਤਰਲੋਕ ਸਿੰਘ ਕੀ ਕਹਿਣ ਲੱਗਾ ਸਤਵੰਤ ਦਾ ਪਿਓ, ਕਿਹਾ ਪਿਆਰ ਕੌਰੇ ਕਿ ਸਾਡੇ ਪੁੱਤਰ ਨੇ ਪਹਿਲਾਂ ਵਾਕਿਆ ਸਾਨੂੰ ਸਾਰਾ ਕੁਝ ਦੱਸ ਦਿੱਤਾ ਸੀ, ਪਰ ਅਸੀਂ ਨਹੀਂ ਸਮਝ ਸਕੇ, ਜਦੋਂ ਸਾਨੂੰ ਕੱਪੜੇ ਕੱਢ ਕੱਢ ਦਿੰਦਾ ਸੀ ਨਾ, ਸਮਾਨ ਕੱਢ ਕੱਢ ਦਿੰਦਾ ਸੀ, ਪਰ ਅਸੀਂ ਸਮਝ ਨਾ ਸਕੇ, ਪਰ ਹੁਣ ਸਾਨੂੰ ਪਤਾ ਲੱਗਿਆ ਕਿ ਜੇਕਰ ਇਹਨੇ ਇਹ ਸੇਵਾ ਕਰਨੀ ਸੀ ਨਾ, ਪਰ ਕਲਗੀਆਂ ਵਾਲੇ ਦੀ ਅਸੀਸ ਲੈਂਦਾ, ਕਲਗੀਆਂ ਵਾਲੇ ਦਾ ਆਸਰਾ ਲੈਂਦਾ, ਪਰ ਇਹ ਪੁੱਤਰ ਤੂੰ ਧੰਨ ਹੈ ਕਿ ਜਿਹੜੀ ਇਹੋ ਜਿਹੀ ਸੇਵਾ ਕਮਾ ਰਿਹਾ, ਪਰ ਇਹ ਪਿਆਰ ਕੋਦੇ ਕਿ ਹੁਣ ਇਹ ਗੱਲਾਂ ਸੁਣ ਕੇ ਜੇਲ੍ਹਾਂ ਵਾਲੀਆਂ ਨਾ, ਇਹ ਅਦਾਲਤਾਂ ਵਾਲੀਆਂ ਗੱਲਾਂ ਸੁਣ ਕੇ ਕਿਤੇ ਡੋਲ ਨਾ ਜਾਏ, ਤੇਰਾ ਮਨ ਕਿਤੇ ਡੋਲ ਨਾ ਜਾਏ, ਹੁਣ ਮਨ ਨੂੰ ਤਕੜਾ ਕਰ ਲੈ, ਕਿਉਂ ਕਿ ਤੂੰ ਇੱਕ ਹੁਣ ਯੋਧੇ ਦੀ ਮਾਂ, ਇੱਕ ਸੂਰਮੇ ਦੀ ਮਾਂ, ਇੱਕ ਪੰਥ ਦੇ ਸੂਰਮੇ ਦੀ ਯੋਧੇ ਦੀ ਤੂੰ ਇੱਕ ਮਾਂ ਹੈ, ਤੇਰਾ ਮਨ ਹੁਣ ਡੋਲਣਾ ਨਹੀਂ ਜੇ ਚਾਹੀਦਾ। ਫਿਰ ਤਰੀਕਾ ਪੈਣ ਲੱਗ ਪਈਆਂ, ਜੇਲ੍ਹ ਤਿਹਾੜ ਦੇ ਵਿੱਚ ਉਹਦੀ ਮਾਂ, ਪਿਓ ਅਤੇ ਉਹਦੇ ਘਰ ਵਾਲੀ ਹੋਣ ਵਾਲੀ ਸੁਰਿੰਦਰ ਕੌਰ, ਤਿੰਨਾਂ ਨੂੰ ਫਿਰ ਬੁਲਾਇਆ ਗਿਆ ਮੁਲਾਕਾਤ 'ਤੇ, ਅਤੇ ਜਦ ਬਾਪੂ ਅੱਗੇ ਆਇਆ ਨਾ, ਅਤੇ ਆਉਂਦੇ ਸਾਰ ਹਾਲਤ ਦੇ ਕੇ ਬਾਪੂ ਦੀਆਂ ਭੁੱਬਾਂ ਨਿਕਲ ਗਈਆਂ। ਭੁੱਬਾਂ ਕਿਉਂ ਨਿਕਲ ਗਈਆਂ? ਕਿ ਤਨ 'ਤੇ ਕੋਈ ਕੱਪੜਾ ਨਾ, ਕਛਿਹਰਾ ਪਾਇਆ ਇਕੱਲਾ, ਤਨ 'ਤੇ ਲਾਸ਼ਾਂ ਦੇ ਨਿਸ਼ਾਨ, ਪੈਰਾਂ 'ਤੇ ਲਾਸ਼ਾਂ ਦੇ ਨਿਸ਼ਾਨ, ਧੂਈ 'ਤੇ ਲਾਸ਼ਾਂ ਦੇ ਨਿਸ਼ਾਨ, ਸਰੀਰ ਉਹਨਾਂ ਨੇ ਰੱਦੀ ਕਰਕੇ ਰੱਖ ਦਿੱਤਾ, ਅਤੇ ਕੋਨੇ ਵਿੱਚ ਲਾ ਕੇ ਭਾਈ ਸਤਵੰਤ ਸਿੰਘ ਬੈਠਾ, ਅਤੇ ਜਦ ਬਾਪੂ ਲਾਗੇ ਆਇਆ ਨਾ, ਅਤੇ ਬਾਪੂ ਦੇ ਕੋਲ ਝੱਲਿਆ ਨਾ ਗਿਆ, ਕਹਿਣ ਲੱਗਾ ਪੁੱਤ ਵੇ ਇੱਕ ਵਾਰ ਖੜਾ ਹੋ ਕੇ ਨਾ ਦਿਖਾਲ, ਮੈਂ ਤੈਨੂੰ ਦੇਖਣਾ ਚਾਹੁੰਦਾ, ਮੈਨੂੰ ਪਤਾ ਕਿ ਇਹਨਾਂ ਨੇ ਤੇਰੇ ਨਾਲ ਕੋਈ ਘੱਟ ਨਹੀਂ ਕੀਤੀ ਹੋਵੇਗੀ, ਪਰ ਮੈਂ ਜਾਣਦਾ ਇਹਨਾਂ ਨੂੰ, ਪਰ ਇੱਕ ਵਾਰ ਮੈਨੂੰ ਤੂੰ ਲੱਗ ਗਿਆ ਕਿ ਤਾਂ ਮਿਲ, ਜਾਂ ਜੇਲ੍ਹ ਦੇ ਸਰੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਬਾਹਾਂ ਦੇ ਬਾਹਾਂ ਨਾਲ ਫੜੀਆਂ ਆਏ, ਪਿਆਰ ਜਤਾਇਆ ਅਤੇ ਕਹਿਣ ਲੱਗਾ ਪੁੱਤ ਵੇ ਤੂੰ ਉਹ ਸਿੱਖੀ ਦੇ ਮਾਰਗ 'ਤੇ ਚੱਲਿਆ, ਜੇ ਸਿੱਖੀ 'ਤੇ ਚੱਲਦਿਆਂ ਸਿਰ 'ਤੇ ਆ ਰਹੇ ਤਾਂ ਚੱਲ ਗਏ, ਪਰ ਡੋਲੇ ਨੇ ਬੰਦ ਬੰਦ ਕਟਾ ਲਏ, ਆਪਣੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਵਾ ਲਿਆ, ਪਰ ਡੋਲੇ ਨਾ, ਇਹ ਪੁੱਤ ਵੇ ਤੂੰ ਵੀ ਉਹ ਸਿੱਖੀ ਦੇ ਮਾਰਗ 'ਤੇ ਚੱਲਦਿਆਂ ਦੇਖੀ ਕਿ ਤੇ ਇਹਨਾਂ ਦੀਆਂ ਇਹਨਾਂ ਦਿੱਤੇ ਤਸੀਹਾਂ ਤੋਂ ਡਰ ਕੇ ਕਿਤੇ ਡੋਲ ਨਾ ਜਾਏ, ਹੁਣ ਤੂੰ ਮੇਰਾ ਪੁੱਤਰ ਨਹੀਂ ਜੇ, ਹੁਣ ਤੂੰ ਕਲਗੀਆਂ ਵਾਲੇ ਦਾ ਪੁੱਤਰ, ਉਹਦੇ ਚਰਨਾਂ ਵਿੱਚ ਅਰਦਾਸ ਕਰਕੇ ਤੇਰੀ ਸੇਵਾ ਨੂੰ ਪ੍ਰਵਾਨ ਕਰ ਲੈ। ਫਿਰ ਅਗਾਂਹ ਕਿਸ ਤਰ੍ਹਾਂ ਭਾਈ ਬੇਅੰਤ ਦੀ ਸ਼ਹੀਦੀ ਤਾਂ ਹੋ ਗਈ, ਭਾਈ ਸਤਵੰਤ ਸਿੰਘ ਨੂੰ ਕਿਸ ਤਰ੍ਹਾਂ ਸ਼ਹੀਦ ਕਰਦੇ ਨੇ, ਅਤੇ ਕਿਸ ਤਰ੍ਹਾਂ ਉਹਦੀ ਮਾਂ ਆ ਕੇ ਮਿਲਦੀ, ਕਿਸ ਤਰ੍ਹਾਂ ਤਰੀਕਾ ਪੈਂਦੀ ਨੇ, ਕਿਸ ਤਰ੍ਹਾਂ ਕੇਸ ਅਦਾਲਤ ਵਿੱਚ ਜਾਂਦਾ ਹੈ, ਅਤੇ ਕਿਸ ਤਰ੍ਹਾਂ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਭਾਈ
ਸਤਵੰਤ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ ਸਾਡੇ ਕੌਮ ਦੇ ਅਣਖੀਲੇ ਸੂਰਮੇ ਨੂੰ। ਇਹ ਰਹਿੰਦੀ ਵਿਚਾਰ ਸਮਾਂ ਨਾ ਹੋਣ ਕਰਕੇ ਕੱਲ੍ਹ ਦੇ ਦੀਵਾਨਾਂ ਅੰਦਰ ਕਰਾਂਗੇ। ਇਤਨਾ ਕੁ ਵਿਚਾਰਾਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ